सो मैं बेनती करता छोटे भरा उस फर्क नहीं वाक फटे चक रहे सारा पंजाब तेरे नाल है पहला तो जिन्ने भी साडे सज्जन साडियां मावां साडे बजुर्ग आए सारे नूं फतेह दी सांझ पाउंदे आ जी वाहिगुरु जी का खालसा वाहिगुरु जी की फतेह। एक मैं जिहड़ा ओह प्रेम चंद मुंशी हुण तां उह पिंड च अपने अल नहीं पैंदी हुंदी हुण तां उह चंद चंद दा मुंडा क्या करनगे जिहड़ा उहने फोन लाया मेरे नाल दे ने मुंडे ने फोन चक्किया सी तुहाडे विच ही खड़ा ਉਹ ਕਹਿੰਦਾ ਪਹਿਲਾਂ ਆਡੀਓ ਸੁਣ ਜਦੋਂ ਦੀ ਮੈਂ ਰਿਕਾਰਡਿੰਗ ਸੁਣੀ ਮੈਂ ਕਿਹਾ ਵੀ ਇੰਨਾ ਤਾਂ ਕਦੇ ਮੁਨਸ਼ੀ ਬੋਲਦਾ ਹੀ ਨਹੀਂਗਾ ਵੀ ਜਦੋਂ ਅਸੀਂ ਥਾਣੇ ਕਚਹਿਰੀਆਂ ਚ ਬੰਦੇ ਛਡਾਉਣ ਵੀ ਜਾਂਦੇ ਉਹਦਾ ਬਾਈ ਜੀ ਕਰਦੇ ਆ ਵੀ ਏਡਾ ਹੌਸਲਾ ਮੁਨਸ਼ੀ ਦਾ ਪਤਾ ਨੀ ਕਿਵੇਂ ਵੱਧ ਗਿਆ ਤੇ ਜਦੋਂ ਉਹਨੂੰ ਮੈਂ ਥਾਣਾ ਪੁੱਛ ਕੇ ਗੱਲ ਸ਼ੁਰੂ ਕਰਨੀ ਸੀ ਉਦੋਂ ਤੋਂ ਆਪਦਾ ਫੋਨ ਹੀ ਕੱਟ ਗਿਆ। ਹੁਣ ਜਿਹੜੀ ਮੈਂ ਗੱਲ ਇਹ ਕਰਨ ਲੱਗਿਆ ਸਭ ਤੋਂ ਪਹਿਲਾਂ ਤਾਂ ਵੀ ਸਿਹਤ ਮੈਂ ਪਹਿਲਾਂ ਦੱਸਦਾ ਸੀ ਇਹ ਝਾੜੂ ਵਾਲਿਆਂ ਨੇ ਮੇਰਾ ਮਜ਼ਾਕ ਬਹੁਤ ਡਾਇਆ ਕਿਉਂਕਿ ਜਿਹੜੇ ਝਾੜੂ ਵਾਲੇ ਆ ਡਰਾਮੇਬਾਜ਼ ਆ ਇਹਨਾਂ ਨੇ ਆਖਿਆ ਜੇ ਸਾਡਾ ਮੁੱਖ ਮੰਤਰੀ ਡਰਾਮੇਬਾਜ਼ ਆ ਉਹ ਜਾਣੇ ਹੋ ਸਕਦਾ ਹੁਣ ਪੰਜਾਬ ਦੇ ਲੋਕਾਂ ਚ ਵੀ ਡਰਾਮਾ ਫਸ ਗਿਆ ਹੋਣਾ ਤੇ ਵੀ ਡਰਾਮਾ ਕਰੀ ਜਾਂਦੇ ਹੋਣਗੇ। ਹੁਣ ਜਿਹੜਾ ਇਹ ਕਹਿੰਦਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਸਾਡਾ ਪ੍ਰਸ਼ਾਸਨ ਵੀ ਖੜਾ ਸੀਆਈਡੀ ਵੀ ਖੜੀ ਆ ਭਰਾਵੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਹੁੰਦੇ ਸੀ ਪਰ ਕੱਲ ਦਾ ਦਿਨ ਲੰਘ ਗਿਆ ਲੋਕਾਂ ਨੇ ਜਮਾਂ ਹੀ ਤੁਹਾਡੇ ਤੋਂ ਵਿਸ਼ਵਾਸ ਵਾਲਾ ਜਿਹੜੇ ਲੋਹੀ ਆ ਨਾ ਉਹ ਲਾਹ ਕੇ ਰੱਖਤੀ ਆ ਤੇ ਮੇਰੀ ਬੀਬੀ ਆਉਂਦੀ ਹੁੰਦੀ ਆ ਜਿਹਦੀ ਲੈ ਗਈ ਲੋਰੀ ਤੇ ਕੀ ਕਰੂਗਾ ਕੋਈ ਨਾਲੇ ਤਾਂ ਝਾੜੂ ਵਾਲਿਆਂ ਦੀ ਲੈ ਗਈ ਨਾਲੇ ਥੋਡੀ ਲੈ ਗਈ ਆ। ਇਹ ਯਾਦ ਰੱਖ ਲਓ ਗੱਲ ਕੱਲ ਦਾ ਤੁਹਾਡਾ ਕਰਾਰ ਸੀ ਕੱਲ ਦੇ ਦਿਨ ਤੁਸੀਂ ਭਾਨੇ ਸਿੱਧੂ ਨੂੰ ਛੱਡਦੇ ਤਾਂ ਸਾਨੂੰ ਵੀ ਪਤਾ ਲੱਗ ਜਾਂਦਾ ਕੋਈ ਪ੍ਰਸ਼ਾਸਨ ਦੀ ਵੀ ਜ਼ਬਾਨ ਹੁੰਦੀ ਆ ਛੱਡਦੇ ਖੜਾ ਭਗਵੰਤ ਮਾਨ ਦਾ ਨੀ ਥੋਡੇ ਨਾਲ ਕੰਮ ਉਹੀ ਹੋ ਜਾਣਾ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਨੀ ਉਹ ਤੈਨੂੰ ਛਾੜ ਦੇਣਗੇ ਲੋਕ ਚੋਰਾਂ ਤੇ ਵਿਸ਼ਵਾਸ ਕਰਿਆ ਕਰਨਗੇ ਪਰ ਥੋਡੇ ਤੇ ਵਿਸ਼ਵਾਸ ਨਹੀਂ ਕਰਨਾ ਇਹ ਗੱਲ ਲਿਖ ਲਓ ਆਉਣ ਵਾਲੇ ਸਮਿਆਂ ਦੇ ਵਿੱਚ। ਫਿਰ ਜਿਹੜਾ ਭਗਵੰਤ ਮਾਨ ਦੇ ਮੈਂ ਬਿਆਨ ਸੁਣ ਕੇ ਹਟਿਆ ਉਹ ਆਉਂਦਾ ਸੀਗਾ ਕਿ ਮੈਂ ਤਾਂ ਵਕੀਲ ਆ ਮੈਂ ਪਹਿਲੀ ਵਾਰੀ ਵੇਖਿਆ ਵੀ ਜਿਹੜੇ ਜ਼ੁਲਮ ਕਰਦੇ ਉਹ ਵੀ ਵਕੀਲ ਬਣ ਲੱਗ ਗਏ ਤੇ ਮੈਂ ਗੱਲ ਕਰੂੰਗਾ ਕਿਸਾਨਾਂ ਦੀ ਜਿਹੜੀ ਉਹ ਜਾ ਕੇ ਕੇਂਦਰ ਦੇ ਨਾਲ ਨਾਲੇ ਤਿੰਨ ਕੋਣਾ ਸਿਰ ਹਲਾਈ ਜਾਂਦਾ ਕਦੇ ਐ ਨੂੰ ਕਰੀ ਜਾਂਦਾ ਕਦੇ ਐ ਨੂੰ ਕਰੀ ਜਾਂਦਾ ਤੇ ਇੱਥੇ ਕਿਸਾਨ ਹੀ ਖੜੇ ਆ ਉਹ ਦਿੱਲੀ ਵਾਲੇ ਤਸ਼ੱਦਦ ਦਾ ਬਾਅਦ ਚ ਧਾਉਂਦੇ ਆ ਸਭ ਤੋਂ ਪਹਿਲਾਂ ਤਾਂ ਤੂੰ ਢਾਈ ਜਾਂਦਾ ਇੱਥੇ ਜਦੋਂ ਜੀਰੇ ਫੈਕਟਰੀ ਜਿਹੜਾ ਜੀਰਾ ਫੈਕਟਰੀ ਦਾ ਰੌਲਾ ਪਿਆ ਉਦੋਂ ਸਾਡੀਆਂ ਬੀਬੀਆਂ ਤੇ ਲਾਠੀ ਚਾਰਜ ਹੋਏ ਸਾਡੀਆਂ ਭੈਣਾਂ ਤੇ ਲਾਠੀ ਚਾਰਜ ਹੋਏ ਸਾਡੇ ਨੌਜਵਾਨਾਂ ਤੇ ਕਿਸਾਨਾਂ ਤੇ ਪਰਚੇ ਪਵਾਏ ਉਦੋਂ ਤਾਂ ਤੂੰ ਵੀ ਜਾ ਕੇ ਸ਼ਰਾਬ ਵਾਲਿਆਂ ਦੀ ਬੁੱਕਰ ਚ ਵੜ ਕੇ ਬਹਿ ਗਿਆ ਤੇ ਅੱਜ ਤੂੰ ਲੋਕਾਂ ਨੂੰ ਗੱਲਾਂ ਕਰਦਾ ਵੀ ਹਾਂ ਮੈਂ ਕਿਸਾਨਾਂ ਦੇ ਨਾਲ ਆ ਜਦੋਂ ਤਾਂ ਬੀਜੇਪੀ ਦਾ ਰੌਲਾ ਹੋਵੇ ਉਦੋਂ ਤਾਂ ਸਿਰ ਕੱਢ ਲੈਂਦਾ ਜਿਵੇਂ ਕੱਛੂ ਕੁੰਬਾ ਨੀ ਕੱਢਦਾ ਐ ਕਰਕੇ ਵੀ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਤੇ ਜਦੋਂ ਤੇਰਾ ਕੋਈ ਰੌਲਾ ਹੋਵੇ ਉਹਨਾਂ ਸਿਰ ਵਿੱਚ ਜਦੋਂ ਡਰ ਕੇ ਸਿਰ ਕੋਈ ਵਾੜ ਲੈਂਦਾ ਉਹ ਸਿਰ ਵਿੱਚ ਵੜ ਜਾਂਦਾ। ਹੁਣ ਜਿਹੜੀ ਇਹ ਕਹਿੰਦੇ ਸੀ ਥਾਪੀਆਂ ਮਾਰਦੇ ਸੀ ਥਾਪੀਆਂ ਜੋਸ਼ ਨਾਲ ਵੱਜਦੀਆਂ ਸੱਚ ਨਾਲ ਵੱਜਦੀਆਂ ਸਾਨੂੰ ਭਗਵੰਤ ਮਾਨ ਮਾਰ ਕੇ ਵਿਖਾਵੇ ਖਾਂ ਥਾਪੀ ਮਾਰਨ ਲੱਗੇ ਇਹ ਨੀ ਪਤਾ ਥੱਲੇ ਹੀ ਡਿੱਗ ਜੇ। ਹੁਣ ਜਿਹੜੀ ਇਹ ਗੱਲ ਕਰਦੇ ਆ ਕਿ ਆ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਰਾਸ਼ਨ ਕਾਰਡ ਤੇ ਜਿਹੜੀਆਂ ਇਹਨਾਂ ਨੇ ਜਿਹੜੀਆਂ ਰਾਸ਼ਨ ਬੋਰੀਆਂ ਤੇ ਫੋਟੋ ਲਾ ਦਿੱਤੀਆਂ ਕੇਜਰੀਵਾਲ ਦੇ ਬਿਆਨ ਕੀ ਸੀਗੇ ਆ ਗੱਲ ਯਾਦ ਰੱਖਿਆ ਜੇ ਕਿ 75 ਸਾਲ ਹੋ ਗਏ ਆ ਰਾਸ਼ਨ ਆਉਂਦਿਆਂ ਨੂੰ ਪਰ ਕਿਸੇ ਦੇ ਘਰ ਘਰ ਨਹੀਂ ਆਇਆ ਸੀ। ਮੈਂ ਕਿਹਾ ਪਹਿਲਾਂ ਤਾਂ ਲੋਕ ਤੁਰ ਕੇ ਜਾ ਵੜਦੇ ਸੀ ਹੁਣ ਤੁਸੀਂ ਅੰਗ ਹੀ ਨਵੀਂ ਕਰਦੇ ਪਹਿਲਾਂ ਦਿਮਾਗ ਤੋਂ ਕੀਤੇ ਸੀ ਹੁਣ ਹੱਥਾਂ ਪੈਰਾਂ ਤੋਂ ਹੀ ਕਰਦੇ ਤੇ 75 ਸਾਲ ਹੋ ਗਿਆ ਲੋਕਾਂ ਨੂੰ ਹਲੇ ਵੀ ਤੁਸੀਂ ਆਟਾ ਰਾਸ਼ਨ ਦਾਲ ਦੇਈ ਜਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਦੇ ਸਕੇ ਉਹ ਤਾਂ ਭਗਵੰਤ ਮਾਨ ਕਹੂਗਾ ਅਸੀਂ ਆਹ ਦੇਤਾ ਅਸੀਂ ਉਹ ਦੇਤਾ। ਮੈਂ ਕਹਿੰਦਾ ਭਗਵੰਤ ਮਾਨ ਸਿਆ ਤੂੰ ਪੰਜਾਬ ਦੇ ਲੋਕਾਂ ਨੂੰ ਕੀ ਦੇਂਗਾ ਤੂੰ ਤਾਂ ਸਾਡੀਆਂ ਤਨਖਾਹਾਂ ਤੇ ਮੰਗਦਾ ਫਿਰਦਾ ਤੇ ਤੂੰ ਲੋਕਾਂ ਨੂੰ ਤੇਰੀ ਔਕਾਤ ਕੀ ਆ ਲੋਕਾਂ ਨੂੰ ਕੁਛ ਦੇਣ ਦੀ ਲੋਕ ਤੈਨੂੰ ਤਨਖਾਹ ਦਿੰਦੇ ਆ ਲੋਕ ਤੈਨੂੰ ਗੱਡੀਆਂ ਦੇਈ ਫਿਰਦੇ ਆ ਤੈਨੂੰ ਤਾਂ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਸੀ ਤੇ ਪੰਜਾਬ ਦੇ ਲੋਕਾਂ ਨੇ 110 ਗੱਡੀਆਂ ਦੇ ਦਿੱਤੀਆਂ ਕੇਜਰੀਵਾਲ ਨੂੰ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਸੀ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਤਰਸ ਖਾਦਾ ਤੇ ਤੂੰ ਅੱਜ ਕੱਲ ਜਹਾਜ਼ ਦੇ ਵਿੱਚ ਬਿਠਾਈ ਫਿਰਦਾ। ਰਹੀ ਗੱਲ ਫੋਟੋ ਦੀ ਕਦੇ ਬਾਦਲਾਂ ਨੂੰ ਆਹ ਹੁੰਦਾ ਸੀ ਪਤੀਲੀ ਤੇ ਫੋਟੋ ਹੋ ਜਾਣੀ ਆ ਤਾਂ ਜਿਵੇਂ ਬਾਈ ਹੁਣੇ ਲੱਖਾ ਗੱਲ ਦੱਸ ਕੇ ਗਿਆ ਵੀ ਇਹਨਾਂ ਦਾ ਤਾਂ ਵੱਸ ਨੀ ਚੱਲਦਾ ਨੀ ਜਿਹੜੇ ਕਣਕ ਦੇ ਦਾਣੇ ਉਹਨਾਂ ਤੇ ਫੋਟੋ ਲਾ ਦੇਣ ਹੁਣ ਉਹ ਕਿਵੇਂ ਨਾ ਕਿਵੇਂ ਕਰਕੇ ਇਹ ਕੰਮ ਤਾਂ ਕਰਨਗੇ
जे फोटो ना बनी केजरीवाल की ऐनक दाणिया ते जरूर पाउंगे, गल याद रख लो। इन्होंने दाणिया ते ऐनक बना देनी वी आ चक्कर साडे तो बन नहीं सकिया। पर हुण भगवंत मान सिया तू मुकर गया, तेरे पल्ले कख नहीं रहा, तेरे हरे पिन की छाई मुक गई। आने वाले 7 साल इतिहास रहूगा कि पहला मुख्यमंत्री होया कि पंजाब के लोग हरा पिन दे के किसी ना किसी दोबारा पिन दे देंदे सी, पर तेरा पिन इन्होंने एहो जा मरोड़ना टुकड़े भी कर कर भला जिन्नी मर्जी एजेंसियों वाले तगड़े ले आई जोड़न की तो दूर गल इकट्ठे नहीं हो। 95 चीलां कठिया कर भला हूं बीबना साडिया कोल बैठिया बोकर चक लिया 92 चीलां बोकर दिया तीलां 92 नहीं होनिया। पंजाब के लोगों ने 92 दिया सीटा कट के रख दिया, यह लोगों की भी गलती है। मेरी हम गुस्सा ना करो, जो मैं 2020 कहा बच जाओ भाई, ये तो बच जाओ। जो ड्रामे करने वाला होंगे ना उन्होंने 2-2 रुपये देते होंगे तो तुम उन्होंने चाके वोट फड़ा। हूं तकड़ा फिर ड्रामेबाजी करूंगा वो बीबी अनमोल गगन मार कहती पतंग डाओ। हूं पतंगा ने निकलना कद इन्होंने कहा भी आओ भाई चिट्टे ते आओ करिए, कदे अखाड़े लवाते पंजाब के डेली सिवे पाल दी इतने चिट्टे दे नाल इतने बेरोजगारी दे नाल इतने लाठीचार्ज होंगे आ, उधरों लोगों के पर्चे होंगे नजायज, ते जेड़े अंदर जाने चाहिए आ वो बाहर फिरते आ, ते जेड़े बाहर सलामत करना सी उन्होंने चंगे हार पाने से उन्होंने घर च उन्होंने चाके जेलों च सीटी जाते हैं। हूं जो अजंता जिन्होंने करोड़ा रुपया दपिया सी जा फिर केजरीवाल को गए होने, मेरे को फिर गल उही होनी है जा जो तेरे 3 लाख के बूट आ तेन जनता जनता ने लैके दिते होने जिड़ी गलों अज भी एजेंट बहर फिरते भाने बहर नहीं कटी जाते की गल डर लगता एजेंट रोकी जाते भी ना जी ना जे आ गया तो फिर कोई 1-2 लाख जो सा जो फसया बैठा हाँ हाँ तो भी कटा दूंगा। यह गल करते थापना तो बड़ा डर लगता, पता नहीं रब जाने केड़ी गल थापी ओते बच गई। जे थापी अज भी मारती तो वध तो वध परचा पा दोगे, परचे ना की हो जूगा, परचे डराउन वास्ते होंगे आ। 3 साल की तुहाडी सरकार रहेगी, तुसी कटवा सकते हैं, तुसी मरवा सकते हैं, इत्थे तां तुहाडे तों 3 साल वास्ते किसी ने न्या नहीं लैना, उत्थे जाके तां न्या आना भगवंत मान हाजिर हो ते फिर उत्थे उत्थे तां दर्श भी नहीं होना, रब नूं कहूंगा आ जा उरे ना। भगवंत मान सिंह जिहड़ा पाप तू 3 करोड़ लोगों का दिल तोड़ के आ कीता, तेरा तां यही पूरा नहीं होना, बाकी तों सिर चढ़ाई आ ना तेरे जिहड़े पाप कीते आ। अल्ला गुरु घर सामने रखदा अपने, कोई आम आदमी पार्टी का बंदा आके ए झाक नहीं सकता, कोई आम आदमी पार्टी के MLA च मत्था नहीं टेक सकता। सही मैंने जमीर नहीं रही उन्हां दी, जिस दिन आपां नूं इह पता लग्या सी भाई लखे दीआं जिहदे नूं दस्सिया कि ठंडा पानी पाया गया, ठंड दे विच बाहर बिना कपड़िया तो बाहर बिठाया गया, उहदे सही दसो जे याद की आया सी। मैनूं उहदे बहाना याद नहीं आया, मैनू तो ठंडा फुरज याद आया सी, मैं कहा तेरा भला वे वजीर खान आ गया। हुण कल्लिया आ रही रह गए, हुण कल्लिया चरखड़ियां ते चढ़ाउणा दा काम रह गया, बाकी इहने की छड्डिया पता नहीं किहड़े ख्वाबां फिरदा है। अगे आटा राशन दाल असीं घर घर पहुंचा देना, ढिल्ली जी आवाज कर लैंदा लै कहिंदी फोटो लगी हुंदी एडा फैलिया नहीं, कल जवाक सीगा तुहानूं फड़ाई जावे कहिंदा भारा, जो 3 साल के जवाकों 5 किलो फड़ाएंगे तो भारा ही है, तो वेखन ए लगता सी जिवें 2 किलो विच दाणे पाए होंगे। अगे भारा भारे नूं तू हीरे सिटे उहदे च डिग जूगा, उह सीधे तौर ते मित्र प्यारो याद रख लो। मैं हुण गल्लां कर लग्गिया उह गल्लां याद रख्या जे, जेकर पंजाब नूं फिर तो पंजाब बनाउणा कोई पार्टी नहीं बना सकदी, उहनूं तुसीं बनाओगे जिते बनाया। तुसीं राजे आ भगवंत मान, तुसी दसो इथे आउंदा ही हुंदा सी इथे वोटा मंगण ते तूड़ी वाली ट्राली ते खड़ा हुंदा सी, ते अज अज गड्डना लई फिरदा कोठे चीतियां, ओह देण किहदी आ, थोड़ी देण, ओह थोड़ा पैसा। भगवंत मान नूं जिहड़ी लगभग लखां रुपया तनखाह मिलदी आ महीने दी, ओह तुसी लवाई ओहदी, ते भगवंत मान सानू साडियां चीजां दे के आ के मैं करीए, मैं करता
मैं दऊंगा। कर की दिता सानू दसता दे, सानू गुनाह दा दे, होर मैं गल हो दसता सही मन दे विच। फिर एक हुण इन्हां ने गुरु साहिब तो आपां गुरुआं दी देन तां जानदे आं, गुरु साहिब ने चार पुत कुरबान किते। याद रखो गल, ਉਹ ਹੀਰਿਆਂ ਚ ਨੀ ਵਿਕੇ, ਮੋਤੀਆਂ ਚ ਨੀ ਵਿਕੇ, ਤੇ ਸਾਨੂੰ ਸ਼ਰਮ ਨੀ ਆਉਂਦੀ ਆਹ ਗੱਲ ਕਹਿੰਦੇ ਨੂੰ ਵੀ ਅਸੀਂ ਗੁਰੂਆਂ ਦੇ ਪੁੱਤ ਆ। ਯਾਰ ਮੈਨੂੰ ਤਾਂ ਸ਼ਰਮ ਆ ਜਾਂਦੀ ਆ, ਕਿਉਂਕਿ ਭਾਈ ਉਹ ਤਾਂ ਹੀਰਿਆਂ ਚ ਵਿਕੇ ਨੇ, ਅਸੀਂ 300 ਯੂਨਿਟਾਂ ਚ ਵਿਕੇ। ਇੱਥੇ ਗਲਤੀ ਸਾਡੀ ਆ, ਜੇ ਗਲਤ ਆ ਮੇਰੇ ਛਿੱਤਰ ਮਾਰੋ ਲਾ ਕੇ। ਫਿਰ ਜੇ ਗੱਲ ਇਹ ਕਰੀਏ, ਹੁਣ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜੀਆਂ ਲੀੜੀਆਂ ਲੱਗੀਆਂ ਉੱਥੇ ਗੁਰਬਾਣੀ ਚੱਲਦੀ ਸੀ, ਉੱਥੇ ਚੱਲਣੀ ਚਾਹੀਦੀ ਸੀ, ਗੁਰੂ ਸਾਹਿਬ ਦੀਆਂ ਫੋਟੋ ਲੱਗਣੀਆਂ ਚਾਹੀਦੀਆਂ ਸੀ, ਕਿਉਂਕਿ ਉਹਨੇ ਚਾਰ ਪੁੱਤ ਕੁਰਬਾਨ ਕੀਤੇ, ਪਰਿਵਾਰ ਕੁਰਬਾਨ ਕੀਤਾ। ਇਹਨੇ ਕੱਲਾ ਤਲਾਕ ਦੇ ਕੇ ਉੱਥੇ ਫੋਟੋ ਲਵਾ ਲਈ, ਇਹ ਕੁਰਬਾਨੀ ਵੱਖਰੀ ਆ ਗਈ। ਅੱਜ ਕੱਲ ਮੈਂ ਕਮਾਲ ਹੋ ਗਈ, ਇਹ ਗੱਲਾਂ ਸਮਝਣ ਨਾ ਤਾਂ ਪੈਣਗੀਆਂ। ਸਾਡੀਆਂ ਗੱਲਾਂ ਨੂੰ ਮਾੜਾ ਤਾਂ ਕਹਿ ਦਿੰਦੇ ਆ, ਪਰ ਯਾਰ ਤੁਸੀਂ ਗੁਰੂਆਂ ਨੂੰ ਤਾਂ ਬਖਸ਼ੋ। ਉਹ ਕੇਜਰੀਵਾਲ ਕੱਲ ਆ ਕੇ ਫੱਟੇ ਬਣਾਈ ਜਾਂਦਾ, ਬੋਲੇ ਸੋ ਨਿਹਾਲ ਕਹੀ ਜਾਂਦਾ, ਤੇ ਸਾਡੇ ਸਿੱਖਾਂ ਦੇ ਤਸ਼ੱਦਦ ਢਾਈ ਜਾਂਦਾ। ਬਸ ਕੰਮ ਥੋੜਾ ਮੋਟਾ ਬਦਲਿਆ। ਉਹ ਪਹਿਲਾਂ ਕਹਿੰਦੇ ਸੀ ਧਰਮ ਸਾਡਾ ਕਬੂਲੋ, ਇਹ ਮਾੜਾ ਜਿਹਾ ਵਿੱਚ ਫਤਿਹ ਬੁਲਾ ਕੇ ਆਪਾਂ ਨੂੰ ਪੰਪ ਲਾ ਕੇ ਆਪਾਂ ਨੂੰ ਕੁੱਟਦੇ ਆ, ਤੇ ਆਪਾਂ ਕੁੱਟ ਖਾਈ ਜਾਂਦੇ ਹਾਂ। ਹੁਣ ਝਾੜੂ ਵਾਲੇ ਆ ਜਿਹੜੇ ਕਹੀ ਜਾਂਦੇ ਵੀ ਅਸੀਂ ਵੀ ਜਿਹੜੇ ਭਗਵੰਤ ਮਾਨ ਦੀ ਇੰਨੀ ਕੁ ਪਤਾ ਨੀ ਕਿਹੜੀ ਇਹੋ ਜਿਹੀ ਬੂਟੀ ਆ, ਜਾਂ ਤਾਂ ਮੈਂ ਕਹਿੰਦਾ ਸਪਰੇਅ ਪਾ ਪੰਜਾਬ ਤੇ ਸੜਕਾ ਤੇ ਕੰਟਾ ਨਵੇੜ ਫਿਰਦਾ ਰਿਹਾ ਖੁੱਲਾ। ਤੇ ਜਿਹੜੇ ਜਾ ਜਿਹੜੀ ਤੂੰ ਬਸ਼ਰਮੀ ਦੀ ਗੋਲੀ ਆਪਦੀ ਪਾਰਟੀ ਵਾਲਿਆਂ ਨੂੰ ਦਿੱਤੀ ਆ, ਤੇ ਜਾ ਸਾਨੂੰ ਇੱਕ ਹੋ ਦੇ, ਅਸੀਂ ਵੀ ਖਾ ਕੇ ਦੇਖੀਏ ਵੀ ਆਮ ਆਦਮੀ ਪਾਰਟੀ ਲੱਗਦੀ ਕਿੰਨੀ ਚੰਗੀ ਆ। ਬਾਕੀ ਹੋਰ ਪੱਲੇ ਕੱਖ ਹੈ ਨੀ, ਯਾਦ ਰੱਖ ਲੋ ਚੋਣ ਨਿਸ਼ਾਨ ਸੀ ਝਾੜੂ, ਤੇ ਬੁੱਕਰ ਅੱਖ ਮੂੰਹ ਚ ਵੱਜਦੀ ਹੁੰਦੀ ਦਵਾਈਦੀ ਫਿਰਦੀ ਆ। ਹੁਣ ਇਹਦੇ ਵਿੱਚ ਕੋਈ ਝੂਠ ਨੀ ਗਾ। ਹੁਣ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ, ਜਿਵੇਂ ਪੰਜਾਬ ਦਾ ਪੁੱਤ ਸੀ, ਕਿਸਾਨ ਦਿੱਲੀ ਚੱਲੇ ਆ, ਇੱਥੋਂ ਦਿੱਲੀ ਉਹਨੇ ਜਾਣਾ ਸੀ ਵੀ ਹਾਂ ਭਾਈ ਮੈਂ ਜਾਣਾ, ਅਖੇ ਮੈਂ ਮੀਟਿੰਗ ਕਰਾਈ ਹੈ ਤੇ ਮੀਟਿੰਗ ਚ ਤੂੰ ਆਪ ਨੀ ਬੈਠਾ। ਸਿਰਫ ਤੇ ਸਿਰਫ ਡਰਾਮੇ ਆ। ਇੱਕ ਗਾਣਾ ਆਇਆ ਸੀ ਜੁਗਨੀ ਦਾ, ਡਰਾਮਾ ਡਰਾਮਾ ਸਭ ਹੀ ਡਰਾਮਾ ਭਰਾਵੋ, ਡਰਾਮਾ ਕਦੇ ਇੱਕ ਬੰਦਾ ਕਰਦਾ ਸੀ ਇਹਨਾਂ ਦੀ ਤਾਂ ਪਾਰਟੀ ਡਰਾਮੇ ਬਾਜਾ ਦੀ ਹੋ, ਬਚੇ ਕੁਛ ਨੀ। ਪੰਜਾਬ ਦੀ ਇਹ ਗੱਲ ਕਰਦਾ, ਪੰਜਾਬ ਬਚਾਉਣਾ, ਪੰਜਾਬ ਨੂੰ ਰੰਗਲਾ ਪੰਜਾਬ ਬਚਾਉਣਾ ਬਣਾਉਣਾ, ਮੈਂ ਕਹਿੰਦਾ ਰੰਗਲਾ ਛੱਡੋ, ਸਾਡਾ ਫਿੱਕਾ ਹੀ ਰਹਿ ਜਾਂਦਾ। ਜਿਹੋ ਜਿਹਾ ਰੰਗਲਾ ਪੰਜਾਬ ਇਹ ਬਣਾਈ ਜਾਂਦੇ ਆ ਨਾ, ਉਹ ਅੱਜ ਬਣੇ ਤੇ ਨਾ ਬਣੇ ਕੱਲ। ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੋ। ਜਿਹੜੇ ਇੱਥੇ ਸਾਡੇ ਪੰਜਾਬ ਦੇ ਲੋਕ ਆ, ਇੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਪੜ੍ਹੀਆਂ ਲਿਖੀਆਂ, ਸੁਣ ਲਓ ਇਹ ਵੀ ਗੱਲ ਯਾਦ ਰੱਖੋ, ਇਹ ਕਹਿ ਦਿੰਦੇ ਆ ਵੀ ਅਸੀਂ ਸਗਨ ਸਕੀਮ 52,000 ਦੇਵਾਂਗੇ, 52,000 ਦੇਵਾਂਗੇ। ਕੀ ਗੱਲ, ਉਹ ਕੁੜੀ ਸਾਡੀ ਆ ਕਿ ਭਗਵੰਤ ਮਾਨ ਦੀ? 52,000 ਸਗਨ ਸਕੀਮ ਨੀ ਚਾਹੀਦੀ, ਸਾਡੀਆਂ ਧੀਆਂ ਭੈਣਾਂ ਨੂੰ 21,000 ਦੀ ਨੌਕਰੀ ਚਾਹੀਦੀ ਹੈ। ਸਾਡੇ ਨੌਜਵਾਨਾਂ ਨੂੰ ਜਿਹੜਾ ਕਹਿ ਲਓ ਯੂਨਿਟਾਂ ਫ੍ਰੀ ਨੀ ਚਾਹੀਦੀਆਂ, 40,000 ਦੀ ਨੌਕਰੀ ਚਾਹੀਦੀ ਆ। ਇਹ ਦੇ ਕੇ 10 ਨੌਕਰੀਆਂ ਐ ਕਰਨ ਲੱਗ ਗਏ, ਬਸ ਵੀ ਹੋ ਗਿਆ ਕੰਮ। ਆਹ ਵੇਖੋ ਤੁਹਾਡੇ ਰਿਸ਼ਤੇਦਾਰ ਲੱਗੇ ਹੋਣਗੇ, ਉਦਾਹਰਣ ਦਿੰਦਾ, ਤੁਹਾਡੇ ਚ 20 ਜਣੇ ਨੌਕਰੀ ਲੱਗੇ, ਇੱਥੇ ਮੁਲਾਜ਼ਮ ਖੜੇ ਆ, ਉਹਨਾਂ ਦੀ 67,000 ਤਨਖਾਹ, ਆਪਾਂ ਤਾਂ ਇੱਥੇ ਦਿਹਾੜੀ ਜਾਣਾ। ਹੁਣ ਮੈਂ ਕਹੂੰ ਵੀ ਆਹ ਵੇਖੋ, ਮੈਂ ਮੰਨ ਲਓ ਮੰਤਰੀ ਹਾਂ, ਆਹ ਵੇਖੋ ਤੁਹਾਡੇ ਧੀਆਂ ਪੋਤਾ ਲੱਗੇ ਆ, ਸਾਨੂੰ ਉਹਨਾਂ ਦਾ ਕੀ ਭਾਅ, ਲੱਗੇ ਉਹ ਆ, ਉਹਨਾਂ ਦੇ ਘਰੇ ਤਨਖਾਹ ਆਉਣੀ ਆ, 1 ਤਰੀਕ ਨੂੰ ਉਹਨਾਂ ਦੇ ਘਰੇ 40,000 ਆ ਜਾਣਾ, ਉਹਨਾਂ ਤੋਂ 40,000 ਬਿਜਲੀ ਬਿੱਲ ਵੀ ਭਰਿਆ ਜਾਣਾ, ਉਹਨਾਂ ਦੇ ਬੱਚੇ ਦਾ ਖਾਣਗੇ ਫਲ ਫਰੂਟ, ਤੇ ਸਾਡੇ ਬੱਚੇ ਢਾਕਣਗੇ ਉਹਦੇ ਹੱਲ, ਝੂਠਾ ਨਹੀਂ। ਜੇਕਰ 10 ਨੂੰ ਨੌਕਰੀ ਦੇ ਕੇ 90 ਨੂੰ ਆ ਲੋਲੀ ਘੁੰਮ ਦੇਈ ਜਾਣਾ ਵੀ ਚੂਸੀ ਚੱਲੋ, ਵੀ ਉਹਦੇ ਨਾਲ ਤਾਂ ਆਪਣਾ ਕੁਛ ਨੀ ਹੋਣਾ। ਸਿਰਫ ਤੇ ਸਿਰਫ ਗੱਲਾਂ ਸੁਣਾਈ ਜਾਂਦਾ, ਮੈਂ ਕਹਿੰਦਾ ਨੇ ਗੱਲਾਂ ਦਾ ਖੱਟੀਆਂ ਖਾਧਾ, ਹੋਰ ਕੁਛ ਵੀ ਨੀ। ਇੱਥੇ ਸਾਡੀ ਗਲਤੀ ਆ ਕਿ ਜਿਹੜਾ ਮੁੱਖ ਮੰਤਰੀ ਉਹ ਡਰਾਮੇਬਾਜ਼ ਸੀ, ਤੇ ਜਿਹੜਾ ਕਹਿ ਲਓ ਡਰਾਮੇਬਾਜ਼ਾਂ ਨੂੰ 2-2 ਰੁਪਏ ਦੇਈਦੇ ਹੁੰਦੇ ਆ, ਪੰਜਾਬ ਤੋਂ ਗਲਤੀ ਹੋ ਗਈ ਵੀ ਇਹਨੂੰ ਵੋਟ ਦੇ ਦਿੱਤੀ, ਤੇ ਹੁਣ ਜਿਹੜਾ ਪੰਜਾਬ ਆ ਉਹ ਭੁਗਤੀ ਜਾਂਦਾ। ਤੇ ਜੇਕਰ ਮੈਂ ਕੁਝ ਗਲਤ ਕਿਹਾ ਵੇ ਉਹਦੇ ਵਾਸਤੇ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।